ਕੋਲਕਾਤਾ ਦੇ ਵਿੱਚ ਹੋਏ 31 ਸਾਲ ਦੇ ਟ੍ਰੇਨੀ ਡਾਕਟਰ ਮਰਡਰ ਮਾਮਲੇ ਦੇ ਵਿੱਚ ਹੁਣ ਪੂਰੇ ਦੇਸ਼ ਦੇ ਵਿੱਚ ਪ੍ਰੋਟੈਸਟ ਕੀਤਾ ਜਾ ਰਿਹਾ। ਚੰਡੀਗੜ੍ਹ ਦੇ PGI ਅਸੀਂ ਮੌਜੂਦ ਹਾਂ ਜਿੱਥੇ ਇਹ ਪ੍ਰੋਟੈਸਟ ਕੀਤਾ ਜਾ ਰਿਹਾ। ਤਾਂ ਤੁਹਾਨੂੰ ਦੱਸ ਦਈਏ ਕਿ ਕੱਲ ਤੋਂ ਹੀ ਇਹ ਪ੍ਰੋਟੈਸਟ ਜਾਰੀ ਹੈ, ਜਿਸ ਨੂੰ ਲੈ ਕੇ ਕਾਫੀ ਖੱਜਲ ਖਵਾਰੀ ਜਿਹੜੀ ਹੈ ਲੋਕਾਂ ਨੂੰ ਸਾਹਮਣੇ ਆ ਰਹੀ ਹੈ। ਔਰ ਉਸ ਤੋਂ ਬਾਅਦ ਹਾਲਾਂਕਿ ਅੱਜ ਨਈ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਨਹੀਂ ਹੋ ਰਹੀ, ਯਾਨੀ ਕਿ ਨਈ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਨਹੀਂ ਕੀਤੀ ਜਾਏਗੀ, ਸਿਰਫ ਓਲਡ ਰਜਿਸਟ੍ਰੇਸ਼ਨ ਤੇ ਹੀ ਲੋਕਾਂ ਦਾ ਜਿਹੜਾ ਚੈੱਕਅਪ ਹੈ ਉਹ ਕੀਤਾ ਜਾ ਰਿਹਾ। ਚੰਡੀਗੜ੍ਹ ਦੇ ਸੀਨੀਅਰ ਰੈਸੀਡੈਂਟ ਜਿਹੜੇ ਉਹ ਅੱਜ ਹਾਸਪਿਟਲ PGI ਦੇ ਅੰਦਰ ਬੈਠੇ ਨੇ ਤੇ ਆਪਣੀ ਡਿਮਾਂਡਸ ਨੂੰ ਲੈ ਕੇ ਔਰ ਪੋਸਟਰ ਲੈ ਕੇ ਬੈਨਰਸ ਲੈ ਕੇ ਵੀ ਸੇਵ ਯੂ ਹੂ ਸੇਵ ਅਸ ਰਿਸਪੈਕਟ ਡਾਕਟਰ ਦੇਰ ਇਜ਼ ਨੋ ਜਸਟੀਫਿਕੇਸ਼ਨ ਫੋਰ ਵਾਇਲੈਂਸ ਅਗੇਂਸਟ ਡਾਕਟਰ ਵੀ ਡਿਮਾਂਡ ਸੈਂਟਰਲ ਪ੍ਰੋਟੈਕਸ਼ਨ ਐਕਟ ਸੀ ਵਾਜ ਵਨ ਆਫ ਅਸ। ਇਸ ਤਰ੍ਹਾਂ ਦੇ ਬੈਨਰਸ ਨੂੰ ਲੈ ਕੇ ਪ੍ਰੋਟੈਸਟ ਜਿਹੜਾ ਉਹ ਕੀਤਾ ਜਾ ਰਿਹਾ ਸੀਨੀਅਰ ਡਾਕਟਰਸ ਵੱਲੋਂ। ਔਰ ਹਾਲਾਂਕਿ ਨਿਊ OPD 'ਚ ਨਈ ਰਜਿਸਟ੍ਰੇਸ਼ਨ ਜਿਹੜੀ ਆ ਉਹ ਬੰਦ ਕਰ ਦਿੱਤੀ ਗਈ ਹੈ, ਸਿਰਫ ਓਲਡ ਰਜਿਸਟ੍ਰੇਸ਼ਨ ਦੇ ਜਿਹੜੇ ਟਾਈਮਿੰਗ ਹੈ ਉਹਨਾਂ ਨੂੰ ਰੱਖਿਆ ਗਿਆ ਸਵੇਰੇ 8 ਵਜੇ ਤੋਂ ਲੈ ਕੇ 9:30 ਤੱਕ ਜਿਹੜੇ ਰਜਿਸਟ੍ਰੇਸ਼ਨ ਹੈ। ਔਰ ਆਪਣੀ ਡਿਮਾਂਡਸ ਨੂੰ ਲੈ ਕੇ ਇਹ ਪ੍ਰੋਟੈਸਟ ਕੀਤਾ ਜਾ ਰਿਹਾ। ਜਸਟਿਸ ਫਾਰ ਦਾ ਵਿਕਟਿਮ ਐਂਡ ਹਰ ਫੈਮਿਲੀ, ਪਨਿਸ਼ਮੈਂਟ ਆਫ ਆਲ ਐਕਿਊਜ਼, CBI ਪ੍ਰੋਬ, ਇਨਕਰੀਜ ਸੇਫਟੀ ਆਫ ਡਾਕਟਰ। ਇਹਨਾਂ ਦਾ ਸਾਫ਼ ਤੌਰ 'ਤੇ ਕਹਿਣਾ ਹੈ ਕਿ ਜਦ ਤੱਕ CBI ਦੀ ਇਨਵੈਸਟੀਗੇਸ਼ਨ ਨਹੀਂ ਹੁੰਦੀ ਔਰ ਆਲ ਐਕਿਊਜ਼ ਨੂੰ ਪਨਿਸ਼ਮੈਂਟ ਨਹੀਂ ਮਿਲਦੀ, ਸਾਡੀ ਸੇਫਟੀ ਨੂੰ ਲੈ ਕੇ ਕਿਸ ਤਰ੍ਹਾਂ ਦੇ ਮੇਜਰਮੈਂਟ ਕੀਤੇ ਜਾ ਰਹੇ ਨੇ, ਇਹ ਸਾਰੀ ਚੀਜ਼ਾਂ ਜਦ ਤੱਕ ਸਾਨੂੰ ਸੈਟਿਸਫਾਈ ਨਹੀਂ ਹੁੰਦੇ ਜਦ ਤੱਕ ਅਸੀਂ ਪ੍ਰੋਟੈਸਟ ਜਿਹੜਾ ਉਹ ਕਰਦੇ ਰਹਿਣਗੇ। ਹਾਲਾਂਕਿ ਬੈਨਰਸ ਲੈ ਕੇ ਹੱਥਾਂ ਦੇ ਵਿੱਚ ਇਹ ਪ੍ਰੋਟੈਸਟ ਕੀਤਾ ਜਾ ਰਿਹਾ। ਅੱਜ ਦੂਜਾ ਦਿਨ ਹੈ, ਕੋਈ PGI ਦੀ ਇਹ ਤਸਵੀਰਾਂ ਨੇ ਜਿੱਥੇ ਜਿੰਨੇ ਵੀ ਜਿਹੜੇ ਸੀਨੀਅਰ ਡਾਕਟਰਸ ਹੈ ਉਹਨਾਂ ਵੱਲੋਂ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਔਰ ਹੱਥਾਂ 'ਚ ਬੈਨਰਸ ਲੈ ਕੇ ਕਾਫੀ ਜਿਹੜਾ ਰੋਸ ਹੈ ਉਹ ਜ਼ਰੂਰ ਵੇਖਣ ਨੂੰ ਮਿਲ ਰਿਹਾ। ਹਾਲਾਂਕਿ ਇਹਦੇ ਨਾਲ ਨਾਲ ਲੋਕਾਂ ਦੀ ਜਿਹੜੇ ਬਾਹਰ ਤੋਂ ਆ ਰਹੇ ਨੇ, ਕਿਉਂਕਿ PGI ਇੱਕ ਇਸ ਤਰ੍ਹਾਂ ਦਾ ਇੰਸਟੀਟਿਊਟ ਹੈ ਜਿੱਥੇ ਕਾਫੀ ਦੂਰ ਦੂਰ ਚੰਡੀਗੜ੍ਹ ਦੇ ਨਾਲ ਨਾਲ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ, ਇਹ ਕਈ ਥਾਂ ਤੇ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ। ਡਾਕਟਰਸ ਨਾਲ ਵੀ ਅਸੀਂ ਗੱਲਬਾਤ ਕਰ ਲੈਂਦੇ ਹਾਂ ਕਿਉਂਕਿ ਲਗਾਤਾਰ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਉਹਨਾਂ ਵੱਲੋਂ। ਡਾਕਟਰ ਸਾਹਿਬ, ਕਿਉਂਕਿ ਲਗਾਤਾਰ ਪ੍ਰੋਟੈਸਟ ਜਾਰੀ ਹੈ, ਡਿਮਾਂਡਸ ਕੋ ਲੇਕਰ ਅਭੀ ਤੱਕ ਕੋਈ ਬਾਤ ਹੋਈ ਹੈ? ਹਮਾਰੀ DHS ਮੈਮ ਕੋ ਸਪੋਰਟ ਕਰ ਰਹੀ ਹੈ, ਬਾਕੀ ਅਭੀ ਵੀ ਹਮਾਰੀ ਡਿਮਾਂਡਸ ਪੂਰੀ ਨਹੀਂ ਹੋਈ ਹੈ। ਕਿਸ ਤਰ੍ਹਾਂ ਕੀ ਆਗੇ ਰਣਨੀਤੀ? ਹਾਂਜੀ, ਤਿਆਰੀ ਐਸੇ ਜਾਰੀ ਰਹੇਗੀ ਆਗੇ ਵੀ। ਹਾਂਜੀ, ਅਭੀ ਕੋਈ ਮੈਨੇਜਮੈਂਟ ਸੇ ਬਾਤ? ਮੈਨੇਜਮੈਂਟ ਕੇ ਲਈ ਬਤਾਏਂਗੇ ਹਮਾਰੇ ਸੀਨੀਅਰ। ਮੈਨੇਜਮੈਂਟ ਮੇਂ ਫਿਲਹਾਲ ਤੋ ਅਭੀ ਕੋਈ ਐਸੀ ਆਗੇ ਬਾਤ ਨਹੀਂ ਹੋਈ ਹੈ। ਹਮਾਰੀ ਦੋ ਹੀ ਡਿਮਾਂਡ ਹੈ, ਜੋ ਰੇਪ ਕੇ ਵਿਕਟਿਮ, ਜੋ ਮਰਡਰ ਕੇ ਵਿਕਟਿਮ ਹੈ, ਉਨਕੇ ਲਈ ਪੂਰੀ ਪੂਰੀ ਸਪੋਰਟ ਜੀ ਹੈ। CBI ਇਨਵੈਸਟੀਗੇਸ਼ਨ ਹੋਣਾ ਚਾਹੀਏ ਔਰ ਜੋ ਹਮਾਰੇ ਜੋ ਜਿਨ੍ਹਾਂ ਨੇ ਇਹ ਸਭ ਕੀਆ ਹੈ ਉਨ੍ਹਾਂ ਐਸ ਸੂਨ ਐਸ ਪੋਸੀਬਲ ਸਜ਼ਾ ਮਿਲਣੀ ਚਾਹੀਏ। ਔਰ ਦੂਸਰੀ ਹਮਾਰੀ ਡਿਮਾਂਡ ਹੈ ਕਿ ਸੈਂਟਰਲ ਪ੍ਰੋਟੈਕਸ਼ਨ ਐਕਟ ਜੋ ਹੋਣਾ ਚਾਹੀਏ ਉਹ ਜਲਦ ਸੇ ਜਲਦ ਇਸ ਲਾਅ ਮੇ ਪਾਸ ਹੋਣਾ ਚਾਹੀਏ। ਇਹ ਹਮਾਰੀ ਦੋ ਡਿਮਾਂਡ ਹੈ ਔਰ ਅਭੀ ਤੱਕ ਹਮਾਰੀ ਕੋਈ ਡਿਮਾਂਡ ਹੋਣੀ ਚਾਹੀਏ। ਜਬ ਤੱਕ ਇਹ ਪੂਰੀ ਨਹੀਂ ਹੋਗੀ ਇਹ ਸਟ੍ਰਾਈਕ ਚਲੇਗੀ, ਇਨਡੈਫੀਨਿਟ ਚਲੇਗੀ। ਬਿਲਕੁਲ, ਇਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਜਦ ਤੱਕ ਇਹਨਾਂ ਦੀ ਡਿਮਾਂਡ ਜਿਹੜੀ ਹੈ ਉਹ ਨਹੀਂ ਮੰਨੀ ਜਾਂਦੀ, ਜਦ ਤੱਕ ਸਾਡੀ ਜਿਹੜਾ ਪ੍ਰੋਟੈਸਟ ਹੈ ਉਹ ਚੱਲਦਾ ਰਹਿਣਾ। ਹਾਲਾਂਕਿ ਇਹਦੇ ਨਾਲ ਨਾਲ ਜਿਹੜੇ ਲੋਕਾਂ ਨੂੰ ਖੱਜਲ ਖਵਾਰੀ ਜਿਹੜੀ ਹੈ ਉਹ ਜ਼ਰੂਰ ਸਾਹਮਣੇ ਆ ਰਹੀ, ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਐਮਰਜੈਂਸੀ ਜਿਹੜੇ ਜੂਨੀਅਰ ਰੈਸੀਡੈਂਟਸ ਨੇ ਉਹਨਾਂ ਦੀ ਡਿਊਟੀ ਲਾਈ ਗਈ ਹੈ। ਲੇਕਿਨ ਕਿਤੇ ਨਾ ਕਿਤੇ ਕਾਫੀ ਦਿੱਕਤਾਂ ਜਿਹੜੀਆਂ ਉਹ ਸਾਹਮਣੇ ਪੇਸ਼ ਆ ਰਹੀਆਂ, ਜਿਸ ਨੂੰ ਲੈ ਕੇ ਲੋਕਾਂ ਦੀ ਖੱਜਲ ਖਵਾਰੀ ਲਗਾਤਾਰ ਵੱਧਦੀ ਜਾ ਰਹੀ। ਹਾਲਾਂਕਿ ਇਹਨਾਂ ਦਾ ਸਾਫ਼ ਤੌਰ 'ਤੇ ਕਹਿਣਾ ਕਿ ਵੀ ਡਿਜ਼ਰਵ ਰਿਸਪੈਕਟ ਨੋਰ ਐਸੋਲਟ। ਇਸ ਤਰ੍ਹਾਂ ਦੇ ਜਿਹੜੇ ਬੈਨਰਸ ਲੈ ਕੇ ਪ੍ਰੋਟੈਸਟ ਕੀਤਾ ਜਾ ਰਿਹਾ ਉਹ ਚੰਡੀਗੜ੍ਹ ਦੇ PGI ਦੀਆਂ ਤਸਵੀਰਾਂ ਨੇ, ਬਿਲਕੁਲ OPD ਦੇ ਬਾਹਰ ਦੀਆਂ ਤਸਵੀਰਾਂ ਨੇ, ਪੈਡੀਟ੍ਰਿਕ ਡਿਪਾਰਟਮੈਂਟ ਦੇ ਬਾਹਰ ਦੀ ਤਸਵੀਰਾਂ ਨੇ, ਜਿੱਥੇ ਇਹ ਪ੍ਰੋਟੈਸਟ ਕਰਦੇ ਡਾਕਟਰ ਜਿਹੜੇ ਹੈ ਉਹ ਨਜ਼ਰ ਆ ਰਹੇ ਨੇ। ਔਰ ਇਹਨਾਂ ਦਾ ਕਹਿਣਾ ਕਿ ਜਦ ਤੱਕ ਇਹਨਾਂ ਦੀ ਡਿਮਾਂਡਸ ਨੇ, 3-4 ਡਿਮਾਂਡਸ ਨੇ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਜਿਹੜਾ ਹੈ ਉਹ ਪ੍ਰੋਟੈਸਟ ਕੀਤਾ ਜਾ ਰਿਹਾ ਔਰ ਜਦ ਤੱਕ ਇਹ ਡਿਮਾਂਡ ਜਿਹੜੀ ਹੈ ਨਹੀਂ ਮੰਨੀ ਜਾਂਦੀ, ਜਦ ਤੱਕ ਇਹਨਾਂ ਦਾ ਜਿਹੜਾ ਪ੍ਰੋਟੈਸਟ ਹੈ ਉਹ ਖਤਮ ਨਹੀਂ ਹੋਏਗਾ।